ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਕੀ ਹਾਲ ਚਾਲ ਹੈ? ਉਮੀਦ ਕਰਦਾ ਸਾਰੇ ਠੀਕ ਠਾਕ। ਹਾਂਜੀ, ਅੱਜ ਆਪਾਂ ਗੱਲ ਕਰਾਂਗੇ ਜੀ, ਇੱਕ ਆਪਣੇ ਬਾਈ ਦਾ ਕਮੈਂਟ ਆਇਆ ਸੀਗਾ, ਉਹਨਾਂ ਨੇ ਕਰੋਪ ਬਾਰੇ ਪੁੱਛਿਆ ਸੀ, ਜਾਂ ਆਪਾਂ ਰੀਗਰਾਸਿੰਗ ਕਰਦੇ ਹਾਂ ਫਾਰਮਾਂ 'ਤੇ। ਸੋ ਉਹਦੇ ਲਈ ਆਪਾਂ ਅੱਜ ਗੱਲ ਕਰਾਂਗੇ ਜੀ। ਸੋ ਸਭ ਤੋਂ ਪਹਿਲਾਂ ਤਾਂ ਭਾਈ ਧੰਨਵਾਦ ਆਪ ਜੀ ਦਾ, ਤੁਸੀਂ ਪੁੱਛਿਆ, ਪੇਂਟ ਲੱਗਿਆ ਹੋਇਆ। ਸੋ ਆਪਾਂ ਜਿੰਨਾ ਕੁ ਮੈਨੂੰ ਪਤਾ ਉਨਾ ਕੁ ਮੈਂ ਤੁਹਾਨੂੰ ਦੱਸ ਦਿੰਦਾ। ਸਭ ਤੋਂ ਪਹਿਲਾਂ ਤਾਂ ਵੀਰੇ, ਡੇਅਰੀ ਫਾਰਮਿੰਗ 'ਚ ਪਲਾਨਿੰਗ ਬਹੁਤ ਜ਼ਰੂਰੀ ਹੈ, ਸਪੈਸ਼ਲੀ ਮਤਲਬ ਨਿਊਜ਼ੀਲੈਂਡ ਦੇ ਵਿੱਚ। ਮੈਂ ਇਹ ਚੀਜ਼ ਵਾਕਈ ਕਿ ਤੁਸੀਂ ਵੀ ਪੱਲੇ ਬੰਨ੍ਹ ਲਓ, ਜਾਂ ਜਿਹੜਾ ਵੀ ਇੱਥੇ ਫਾਰਮਿੰਗ ਕਰਦਾ, ਇਹ ਤਾਂ ਲੜ ਬੰਨ ਲਓ ਗੱਲ ਕਿ ਚਾਹੇ ਤੁਸੀਂ ਕੋਈ ਵੀ ਕੰਮ ਕਰਨਾ ਡੇਅਰੀ ਫਾਰਮ 'ਤੇ, ਠੀਕ ਹੈ ਜੀ, ਟਾਈਮਿੰਗ ਅਤੇ ਪਲਾਨਿੰਗ ਬਹੁਤ ਜ਼ਰੂਰੀ ਹੈ, ਠੀਕ ਹੈ ਜੀ। ਜੇ ਤੁਸੀਂ 2 ਦਿਨ ਲੇਟ ਹੋ ਗਏ ਤਾਂ ਬਹੁਤ ਤੁਹਾਡਾ ਨੁਕਸਾਨ ਹੋ ਸਕਦਾ, ਜੇ 2 ਦਿਨ ਅਰਲੀ ਹੈ ਤਾਂ ਵੀ ਉਹਦਾ ਨੁਕਸਾਨ ਹੈ। ਸੋ ਓਬੀਅਸ ਪਰਫੈਕਟ ਟਾਈਮਿੰਗ, ਹੁਣ ਇੱਥੇ ਕੀ ਹੈ ਕਿ ਬਹੁਤ ਹੱਦ ਤੱਕ ਡੇਅਰੀ ਫਾਰਮਿੰਗ ਵੈਸੇ ਇੱਕ ਬਹੁਤ ਹਾਰਡ ਹੈ, ਇੱਕ ਗੈਂਬਲਿੰਗ ਹੀ ਹੈ। ਜੇ ਤੁਸੀਂ ਹੁਣ ਤੁਸੀਂ ਸਾਇਲੇਜ ਵੱਲ ਸੈੱਟ ਕਰਨੇ ਪੈਣ, ਮਤਲਬ ਇਹ ਬਹੁਤ ਹਾਰਡ ਡਿਸੀਜਨ ਹੈ। ਮੇਰੇ ਅਕੋਰਡਿੰਗ ਡੈਫੀਸਿਟ ਨੂੰ ਮੈਨੇਜ ਕਰਨਾ ਬਹੁਤ ਈਜ਼ੀ ਹੈ ਅਤੇ ਸਰਪਲਸ ਨੂੰ ਮੈਨੇਜ ਕਰਨਾ ਬਹੁਤ ਔਖਾ, ਠੀਕ ਹੈ। ਡੈਫੀਸਿਟ ਹੋ ਗਿਆ, ਤੁਹਾਡੀ ਫੀਡ ਦੀ ਕਮੀ ਹੋ ਗਈ, ਤਾਂ ਓਬੀਅਸ ਤੁਸੀਂ ਸਪਲੀਮੈਂਟ ਕੁਛ ਪਾ ਦਿਓਗੇ, ਕੋਈ ਕੁਛ ਨਹੀਂ ਕਰਨਾ ਪਿਆ। ਪਰ ਜੇ ਸਪਲੀਮੈਂਟ ਬਣਾਉਣਾ ਪੈ ਰਿਹਾ ਸਰਪਲਸ 'ਚ ਤੁਸੀਂ, ਦੈਨ ਉਹ ਮਤਲਬ ਉਹੀ ਗੱਲ, ਤੁਹਾਨੂੰ ਪਲਾਨਿੰਗ ਬਣਾਓ ਕਿੰਨੇ ਹੈਕਟੇਅਰ ਮੈਂ ਕੱਟਾਂ, ਅਤੇ ਮਤਲਬ ਘਾਹ ਵੀ ਨਾ ਮੁੱਕੇ, ਸਾਰਾ ਕੁਛ। ਮਤਲਬ ਹੁਣ ਕਰੋਪ ਦਾ ਵੀ ਉਹੀ ਸਿਸਟਮ ਹੈ। ਹੁਣ ਤੁਸੀਂ ਮਤਲਬ ਕਾਫੀ ਚੀਜ਼ਾਂ 'ਚ ਪੁੱਛੀਆਂ, ਟਾਈਮਿੰਗ, ਸੀਡ ਦਾ ਸਿਲੈਕਸ਼ਨ, ਫਰਟੀਲਾਈਜ਼ਰ ਦਾ, ਫਰਟੀਲਿਟੀ ਮੈਟਰ ਕਰਦੀ ਕਿ ਨਹੀਂ ਕਰਦੀ, ਅਤੇ ਪੈਡ ਕਿਹੜਾ ਚੂਜ ਕਰੀਏ, ਕੈਮੀਕਲਸ ਕਿਹੜੇ ਯੂਜ ਕਰੀਏ। ਸੋ ਜੇ ਮੰਨ ਲਓ, ਸਭ ਤੋਂ ਪਹਿਲਾਂ ਕੀ ਹੈ, ਸਭ ਤੋਂ ਪਹਿਲਾਂ ਤਾਂ ਉਹੀ ਗੱਲ, ਪਲਾਨਿੰਗ। ਸਭ ਤੋਂ ਪਹਿਲਾਂ ਤੁਸੀਂ ਕੀ ਦੇਖੋਗੇ, ਪਹਿਲੀ ਗੱਲ ਤਾਂ ਕਰੋਪ ਆਪਾਂ ਬੀਜਦੇ ਇਸ ਲਈ ਹੈ, ਚਾਹੇ ਕਰੋਪ ਹੈ ਚਾਹੇ ਰੀਗਰਾਸਿੰਗ ਹੈ, ਕਿ ਹਾਂਜੀ ਗਾਈਆਂ ਨੂੰ ਫੀਡ ਕਰਨਾ, ਓਬੀਅਸ ਹੈ, ਕਿਉਂਕਿ ਸਭ ਤੋਂ ਮੇਨ ਚੀਜ਼ ਤਾਂ ਗਾਈਆਂ, ਗਾਈਆਂ ਨੇ ਖਾਣਾ, ਉਹਨਾਂ ਨੇ ਦੁੱਧ ਦੇਣਾ, ਤਾਂ ਆਪਾਂ ਨੂੰ ਪੈਸੇ ਆਉਣਗੇ। ਸੋ ਅਤੇ ਕਰੋਪ ਆਪਾਂ ਤਾਂ ਬੀਜਣੀ ਤਾਂ ਕਿ ਆਪਾਂ ਨੂੰ ਡੈਫੀਸਿਟ ਜੇ ਆਉਂਦਾ ਤਾਂ ਆਪਾਂ ਉਹਨਾਂ ਨੂੰ ਫੀਡ ਕਰ ਸਕੀਏ, ਜਾਂ ਆਲਰੇਡੀ ਇਹ ਫੀਡ ਜਿਹੜਾ ਫੀਡ ਬਜਟ ਬਣਾਉਣਾ ਆਪਾਂ ਪੂਰੇ ਸਾਲ ਦਾ, ਐਨੂਅਲ ਦਾ ਕਹਿ ਲਓ, ਕਿ ਹੁਣ ਮਤਲਬ ਹਰੇਕ ਏਰੀਏ ਦਾ। ਹੁਣ ਜਿਵੇਂ ਸਾਡੇ ਫਾਰਮ 'ਤੇ ਆਈ ਥਿੰਕ ਅਸੀਂ ਤਕਰੀਬਨ 18 ਤੋਂ 19 ਟਨ ਡਰਾਈ ਮੈਟਰ ਪਰ ਹੈਕਟੇਅਰ ਪਰ ਸੀਜ਼ਨ ਆਪਣੇ ਫਾਰਮ ਪ੍ਰੋਡਿਊਸ ਕਰਦਾ, ਠੀਕ ਹੈ ਜੀ, ਬਹੁਤ ਵਧੀਆ। ਮਤਲਬ ਕਹਿ ਲਓ ਕਿ ਇਹ ਟੌਪ ਕੁਆਲਿਟੀ ਫਾਰਮ ਕਹਿ ਲਓ, ਕਿਉਂਕਿ 18-19 ਟਨ ਪਰ ਹੈਕਟੇਅਰ ਪ੍ਰੋਡਿਊਸ ਕਰਨਾ ਬਹੁਤ ਵਧੀਆ ਗੱਲ ਹੈ। ਇਸੇ ਕਰਕੇ ਸਾਡਾ ਗੋਰਾ ਇੱਥੇ ਫਾਰਮ 'ਤੇ ਕਰੋਪ ਨਹੀਂ ਬੀਜਦਾ, ਕੋਈ ਵੀ ਕਰੋਪ ਨਹੀਂ ਬੀਜਦਾ। ਹਾਂਜੀ, ਅੰਡਰਸੋ ਜ਼ਰੂਰ ਕਰਦੇ ਹਾਂ, ਰੀਗਰਾਸਿੰਗ ਕਰਦੇ ਹਾਂ ਅਸੀਂ ਤਕਰੀਬਨ ਹਰ ਸਾਲ 2-3 ਪੈਡਕ, ਜਿਹੜੇ ਮਤਲਬ ਚੂਜ਼ ਕਰ ਲਈਦੇ ਵੀ ਲੋ ਪਰਫੋਰਮੈਂਸ ਕਿਹੜੇ ਪੈਡਕਾਂ ਦੀ ਹੈਗੀ ਹੈ। ਸੋ ਹੁਣ ਜੇ ਤੁਸੀਂ ਜੇ ਮੈਂ ਕਰੋਪ ਬੀਜਣੀ, ਸਭ ਤੋਂ ਪਹਿਲਾਂ ਮੈਂ ਕੀ ਕਰੂੰਗਾ, ਪਲਾਨਿੰਗ। ਪਲਾਨਿੰਗ 'ਚ ਕੀ ਹੋਊਗਾ, ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਜਿਹੜੇ ਮਾੜਾ ਪੈਡਕ ਹੈ ਫਾਰਮ 'ਤੇ, ਹੁਣ ਓਬੀਅਸ ਤੁਹਾਨੂੰ ਤੁਹਾਡੇ ਫਾਰਮ ਦਾ ਪਤਾ, ਮੈਨੂੰ ਮੇਰੇ ਫਾਰਮ ਦਾ ਪਤਾ। ਜੇ ਹੁਣ ਇਹ ਪਤਾ ਕਿਵੇਂ ਲੱਗੂਗਾ, ਜੇ ਤਾਂ ਤੁਸੀਂ ਰੈਗੂਲਰ ਪਲੇਟ ਮੀਟਰ ਕਰਦੇ ਹੋ, ਠੀਕ ਹੈ ਜੀ, ਪਾਸਚਰ ਵਾਕ ਕਰਦੇ ਹੋ ਰੈਗੂਲਰ ਹਰ ਵੀਕ ਜਾਂ ਫੋਰਟਨਾਈਟਲੀ ਜੋ ਵੀ, ਦੈਨ ਤੁਹਾਡੇ ਕੋਲ ਸਾਰਾ ਡਾਟਾ ਹੋਊਗਾ ਪੂਰੇ ਫਾਰਮ ਦਾ, ਕਿ ਕਿੰਨੇ ਨੰਬਰ ਪੈਡਕ ਨੇ, ਮਤਲਬ ਪਿਛਲੇ ਸੀਜ਼ਨ ਐਜ਼ ਕੰਪੇਅਰ ਟੂ ਦਿਸ ਸੀਜ਼ਨ ਕੀ ਫਰਕ ਹੈ। ਸੋ ਉਵੇਂ ਤੁਸੀਂ ਚੂਜ਼ ਕਰ ਸਕਦੇ ਹੋ ਵੀ ਆਹ ਪੈਡਕ ਬੜਾ ਸਲੋ ਹੈ, ਜਾਂ ਸਿੰਪਲ ਤੁਹਾਡੀ ਓਬਜ਼ਰਵੇਸ਼ਨ, ਤੁਸੀਂ ਹੁਣ ਫਾਰਮ 'ਤੇ ਹਰ ਰੋਜ਼ ਜਾਂਦੇ ਹੋ, ਤੁਸੀਂ ਸੋਚਿਆ ਯਾਰ ਹਾਂ ਯਾਰ 10 ਨੰਬਰ ਪੈਡਕ ਬੜਾ ਆਇਆ, ਕੀ ਵੀ ਸਲੋ ਗਰੋ ਕਰਦਾ, ਰੋਟੇਸ਼ਨ 'ਚ ਪ੍ਰੋਪਰਲੀ ਨਹੀਂ ਕਵਰ ਨਹੀਂ ਬਿਲਡਅਪ ਹੁੰਦਾ ਉਹਦਾ, ਜਾਂ ਪੈਡਕ ਕੋਈ ਬਿਰਲਾ ਹੈ ਘਾਹ, ਠੀਕ ਹੈ ਜੀ, ਥਿੱਕ ਨਹੀਂ ਗਾ ਗਰਾਸ, ਬੜਾ ਥਿਨ ਜਿਹਾ ਵਿੱਚ, ਮਤਲਬ ਪੈਚੇਸ ਜਿਹੇ ਬਣੇ ਹੋਏ ਹੈ। ਸੋ ਲੋਅ ਪਰਫੋਰਮੈਂਸ ਪੈਡਕ ਤੁਸੀਂ ਸਿਲੈਕਟ ਕਰੋ, ਮੇਕ ਸ਼ੋਰ ਕਿ ਜੇ ਓਬੀਸੀ ਮਤਲਬ ਉਹਦਾ ਜਿਹੜਾ ਕੌਂਟੂਰ ਹੈਗਾ ਪੈਡਕ ਦਾ, ਕੋਸ਼ਿਸ਼ ਕਰੋ ਕਿ ਉਹ ਫਲੈਟ ਹੋਵੇ ਪੈਡਕ, ਜਿੰਨਾ ਰੋਲਿੰਗ ਵੀ ਠੀਕ ਹੈ, ਪਰ ਜੇ ਫਲੈਟ ਹੋਵੇ ਤਾਂ ਬੜਾ ਵਧੀਆ। ਅਤੇ ਜੇ ਤੁਹਾਡੇ ਕੋਈ ਡਰੇਨੇਜ ਦੀ ਪ੍ਰੋਬਲਮ ਹੈ ਜਾਂ ਸਵੰਪੀ ਹੈ ਫਾਰਮ,
ਦੈਨ ਓਬੀਅਸ ਜੇ ਉਹ ਪੈਡਕ ਲੋ ਲੈਵਲ ਹੈ ਜਾਂ ਜ਼ਿਆਦਾ ਮੀਂਹ ਪੈ ਗਿਆ ਤਾਂ ਉੱਥੋਂ ਪਾਣੀ ਡਰੇਨੇਜ ਔਖਾ ਹੁੰਦਾ, ਤੁਹਾਨੂੰ ਪਤਾ ਹੀ ਹੈ ਫਾਰਮ ਦਾ ਤੁਹਾਡੇ ਕਿਹੜੇ ਪੈਡਕ ਫਲੱਡ ਹੁੰਦੇ ਆ। ਸੋ ਜੇ ਉਹੋ ਜਿਹਾ ਪੈਡਕ ਵੀ ਚੂਜ਼ ਨਾ ਕਰਿਓ, ਕਿਉਂਕਿ ਇਨ ਕੇਸ ਜੇ ਹੈਵੀ ਰੇਨ ਹੋ ਜੇ, ਕਿਉਂਕਿ ਸਪੈਸ਼ਲੀ ਜਿਹੜੀ ਮੇਜ਼ ਆ, ਮੇਜ਼ 'ਚ ਪਾਣੀ ਖੜ੍ਹ ਜੇ ਇੱਕ ਦਿਨ ਤਾਂ ਉਹ ਮੇਜ਼ ਦਾ ਡੈਮੇਜ ਹੋ ਜਾਂਦਾ ਸਿਸਟਮ। ਸੋ ਤੁਸੀਂ ਪੈਡਕ ਸਿਲੈਕਟ ਕਰ ਲਿਆ, ਪੈਡਕ ਸਿਲੈਕਟ ਕਰਕੇ ਮੇਕ 100% ਉਹਦੀ ਫਰਟੀਲਿਟੀ ਚੈੱਕ ਕਰਾਓ, ਸੋਇਲ ਸੈਂਪਲ ਲੈ ਕੇ ਉਹ ਚੈੱਕ ਕਰਾਓ, ਨਿਊਟ੍ਰੀਸ਼ਨ ਲੈਵਲ ਕੀ ਹੈਗਾ, ਕਿਹੜੀ ਚੀਜ਼ ਦੀ ਕਮੀ ਹੈ, ਜਾਂ ਉਹ ਤੁਸੀਂ ਉਹ 'ਤੇ ਫਰਟ ਪਾਓ। ਠੀਕ ਹੈ ਜੀ, ਫਿਰ ਤੁਸੀਂ ਪੁੱਛਿਆ ਸੀਗਾ, ਮੈਂ ਤਾਂ ਲਿਖਿਆ ਤੁਹਾਡੇ ਪੁਆਇੰਟਸ ਕਿਉਂਕਿ ਮੈਨੂੰ ਯਾਦ ਨਹੀਂ ਰਹਿੰਦੇ। ਪੈਡਕ ਸਿਲੈਕਸ਼ਨ ਹੋ ਗਿਆ, ਫਰਟੀਲਿਟੀ ਤੁਸੀਂ ਚੈੱਕ ਕਰ ਲਈ, ਠੀਕ ਹੈ ਜੀ। ਹੁਣ ਅੱਗੇ ਤੁਸੀਂ ਕੀ ਕਰਨਾ ਹੈ, ਅੱਗੇ ਤੁਸੀਂ ਟਾਈਮਿੰਗ, ਹੁਣ ਦੇਖੋ ਜੀ, ਚਾਹੇ ਤੁਸੀਂ ਕਰੋਪ ਬੀਜਣੀ ਹੈ, ਚਾਹੇ ਤੁਸੀਂ ਨਵਾਂ ਘਾਹ ਬੀਜਣਾ। ਕਰੋਪ ਦਾ ਸਿੰਪਲ ਹੈ ਕਿ ਹਾਂਜੀ, ਕਰੋਪ ਬੀਜਣ ਵਾਸਤੇ ਤੁਹਾਨੂੰ ਸਪਰੇਅ ਕਰਨੀ ਪਊਗੀ, ਠੀਕ ਹੈ ਜੀ। ਕਈ ਬੰਦੇ ਵੈਸੇ ਚਾਰ ਤਰੀਕੇ ਹੈ ਜੀ ਡਰਿੱਲ ਕਰਨ ਦੇ। ਇੱਕ ਤਾਂ ਹੈਗਾ ਕਲਟੀਵੇਸ਼ਨ, ਜਿਵੇਂ ਇੰਡੀਆ ਆਪਾਂ ਕਰਦੇ ਹਾਂ ਪੂਰਾ ਪੈਡਕ, ਮਤਲਬ ਜਦੋਂ ਘਾਹ ਰੋਟੇਸ਼ਨ 'ਤੇ ਆ ਗਿਆ, ਜਦੋਂ ਗਾਈਆਂ ਨੇ ਜਾਣਾ, ਮੰਨ ਲਓ ਕਿਸੇ ਪੈਡਕ 'ਚ ਗਾਈਆਂ ਨੇ 4 ਦਿਨ ਬਾਅਦ ਜਾਣਾ, ਤੁਸੀਂ ਉਹ ਤੁਹਾਡਾ ਪੈਡਕ ਸਿਲੈਕਟ ਕੀਤਾ ਹੋਇਆ ਵੀ ਤੁਸੀਂ ਉਹ 'ਚ ਕਰੋਪ ਬੀਜਣੀ ਹੈ, ਦੈਨ 4 ਦਿਨ ਪਹਿਲਾਂ ਉਹ 'ਚ ਗਲਾਇਫੋਸੇਟ ਜਾਂ ਰਾਊਂਡ ਅਪ, ਇੱਕੋ ਹੀ ਚੀਜ਼ ਦੋਨੀਆਂ, ਗਲਾਇਫੋਸੇਟ ਦੀ ਸਪਰੇਅ ਕਰਾ ਦਿਓ ਜਾਂ ਕਰ ਦਿਓ ਜਾਂ ਕਰਾ ਦਿਓ ਕੰਟਰੈਕਟਰ ਤੋਂ। ਜਿਵੇਂ ਸਪਰੇਅ ਅੱਜ ਕੀਤੀ ਹੈ ਤਾਂ 4th ਦਿਨ ਉਹ ਪੈਡਕ ਖਵਾ ਦਿਓ, ਗਾਈਆਂ ਨੂੰ ਹਾਰਡ ਗਰੇਜ ਕਰਾ ਤਾ, ਫਿਰ ਜਿਵੇਂ ਉਹਨੂੰ ਵਾਹੁੰਦੇ, ਜਿਵੇਂ ਆਪਾਂ ਤਵੀਆਂ ਮਾਰਦੇ ਇੰਡੀਆ, ਠੀਕ ਹੈ ਜੀ, ਹੈਰੋ ਮਾਰਤੀ, ਵਾਹਤਾ, ਵਾਹ ਕੇ ਚੰਗੀ ਤਰ੍ਹਾਂ ਉਹਨੂੰ ਜਿਹੜਾ ਵੀ ਕੰਟੀਨਿਊਰਿੰਗ ਕਰਨੀ, ਕਿਉਂਕਿ ਇੱਥੇ ਦਾ ਇੰਪਲੀਮੈਂਟ ਇਹੋ ਜਿਹੇ ਹੈਗੇ ਆ, ਸੁਹਾਗਾ ਸੁਹਾਗਾ ਮਾਰਨ ਦੀ ਲੋੜ ਨਹੀਂ, ਸਾਰਾ ਕੁਛ ਪਿੱਛੇ ਹੋਈ ਜਾਂਦਾ। ਸੋ ਫਿਰ ਉਹ 'ਚ ਮਤਲਬ ਆਪਾਂ ਕਰੋਪ ਬੀਜ ਦੇਣੀ ਆ। ਸੋ ਇੱਕ ਤਾਂ ਵੀ ਕਲਟੀਵੇਸ਼ਨ ਹੋ ਗਿਆ ਪੂਰਾ ਵਾਹ ਕੇ ਬੀਜਣਾ, ਦੂਜਾ ਹੈਗਾ ਜੀ ਇੱਕ ਤਰੀਕਾ ਇਹ ਹੈ ਕਿ ਉਹੀ ਗੱਲ, ਪੈਡਕ ਨੂੰ ਸਪਰੇਅ ਕਰਾ ਕੇ ਹਾਰਡ ਗਰੇਜ ਕਰਾ ਕੇ ਫਿਰ ਉਹ 'ਚ ਕਲਟੀਵੇਸ਼ਨ ਨਹੀਂ ਕਰਨੀ, ਵਾਹੁਣਾ ਨਹੀਂ ਗਾ, ਉਹਦੇ ਵਿੱਚ ਸਿੰਪਲ ਡਰਿੱਲ ਕਰਤਾ, ਮਤਲਬ ਘਾਹ ਤਾਂ ਮਰ ਗਿਆ, ਸਪਰੇਅ ਕਰਤੀ ਸਾਰੀ। ਤੀਜਾ ਤਰੀਕਾ ਹੈਗਾ ਜੀ ਅੰਡਰਸੋ ਕਹਿੰਦੇ ਉਹਨੂੰ, ਹਾਰਡ ਗਰੇਜ ਕਰਾਇਆ ਪੈਡਕ, ਸਪਰੇਅ ਨਹੀਂ ਕਰਨੀ, ਮਤਲਬ ਬਾਹਲਾ ਵੀ ਨਹੀਂ, 1300-1400 ਤੱਕ ਖਵਾ ਕੇ ਤਾਂ ਉਹਦੇ 'ਚ ਘਾਹ ਦੇ ਵਿੱਚ ਹੀ ਘਾਹ ਬੀਜ ਦੇਣਾ, ਉਹ ਅੰਡਰਸੋਇੰਗ ਹੁੰਦੀ ਹੈ ਜੀ। ਚੌਥਾ ਹੈਗਾ ਜਿਵੇਂ ਛਿੱਟਾ ਦੇ ਦੇਣਾ, ਸਿੰਪਲ ਹਾਰਡ ਗਰੇਜ ਕਰਾਇਆ, ਸਪਰੇਅ ਨਹੀਂ ਕਰਨੀ ਅਤੇ ਛਿੱਟਾ ਦੇਤਾ, ਜਾਂ ਜਿਵੇਂ ਸਪਰੈਡਰ ਹੁੰਦੇ ਆ, ਅਸੀਂ ਤਾਂ ਮੈਂ ਕਈ ਵਾਰੀ ਮੈਕ ਸਪਰੈਡਰ ਨਾਲ ਕਰ ਦੇਈਦਾ ਜਾਂ ਯੂਰੀਆ ਸਪਰੈਡਰ ਨਾਲ ਕਰ ਦੇਈਦਾ, ਜਾਂ ਸਪੈਸ਼ਲੀ ਜਿਵੇਂ ਫਰਟੀਲਾਈਜ਼ਰ 'ਚ ਤੁਸੀਂ ਫਰਟ ਪਾਉਣਾ, ਫਰਟੀਲਾਈਜ਼ਰ ਦੇ ਵਿੱਚ ਹੀ ਸੀਡ ਮਿਕਸ ਕਰਾ ਕੇ, ਅਤੇ ਨਾਲੇ ਫਰਟ ਪੈ ਗਿਆ ਨਾਲੇ ਸੀਡ ਖਿਲਰ ਗਿਆ, ਅਤੇ ਉੱਤੇ ਹੈਰੋ ਮਾਰ ਦਿੰਦੇ ਆ ਸਿੰਪਲ, ਕੋਈ ਮੈਂ ਜਿਵੇਂ ਬਰਸੀਨ ਆਪਾਂ ਇੰਡੀਆ ਬਰਸੀਨ ਬੀਜਦੇ ਹਾਂ, ਝਾਫਾ ਜਿਹਾ ਫੇਰ ਦਿੰਦੇ ਉੱਤੇ, ਜਾਲ ਜਿਹਾ ਹੁੰਦਾ ਲੋਹੇ ਜਿਹਾ, ਉਹ ਪਿੱਛੇ ਪਿੱਛੇ ਘੁਮਾਈ ਜਾਂਦੇ। ਸੋ ਇਹ 4 ਤਰੀਕੇ ਨਾਲ ਆਪਾਂ ਕਲਟੀਵੇਸ਼ਨ ਕਰਦੇ ਹਾਂ। ਹੁਣ ਟਾਈਮਿੰਗ ਇਹ 2 ਤਰ੍ਹਾਂ ਦੀਆਂ ਕਰੋਪਾਂ ਹੈ ਜੀ ਨਿਊਜ਼ੀਲੈਂਡ ਵਿੱਚ, ਇੱਕ ਤਾਂ ਸਮਰ ਕਰੋਪ ਹੈ, ਇੱਕ ਵਿੰਟਰ ਕਰੋਪ ਹੈ। ਵਿੰਟਰ 'ਚ ਸਪੈਸ਼ਲੀ ਫਾਰਮਰ ਬੀਜਦੇ ਜਿਵੇਂ ਕੇਲਸ, ਸਵੀਟਸ, ਟਰਨਿਪਸ, ਜਾਂ ਇੱਕ ਹੋਰ ਹੁੰਦੇ ਆ ਬੜੇ ਬੜੇ, ਪਤਾ ਨਹੀਂ ਕੀ ਨਾਂ ਉਹਨਾਂ ਦਾ ਯਾਰ, ਸੇਮ ਉਹ ਸਵੀਟਸ ਵਾਂਗੂ ਹੀ ਹੁੰਦਾ, ਗੋਂਗਲੂ ਹੁੰਦੇ, ਐਡੇ ਐਡੇ ਗੋਂਗਲੂ ਹੁੰਦੇ ਆ, ਸਪੈਸ਼ਲੀ ਸਾਊਥ ਆਈਲੈਂਡ ਜ਼ਿਆਦਾ ਬੀਜਦੇ ਆ ਇਹ। ਸੋ ਇਹ ਤਾਂ ਮੇਨ ਕਰੋਪਾਂ ਹੋ ਗਈਆਂ ਜੀ ਵਿੰਟਰ ਕਰੋਪਸ, ਠੀਕ ਹੈ ਜੀ। ਸਮਰ ਕਰੋਪਸ ਹੈਗੀ ਜਿਵੇਂ ਚਿਕਰੀ, ਪਲੈਂਟੇਨ ਅਤੇ ਕੇਲਸ, ਹੋਰ ਵੀ 4-5 ਕਰੋਪਸ ਹੈਗੀਆਂ। ਹੁਣ ਇਹ ਤੁਸੀਂ ਚੂਜ਼ ਕਿਵੇਂ ਕਰਨਾ, ਚਾਹੇ ਤੁਸੀਂ ਕਰੋਪ ਬੀਜਣਾ, ਚਾਹੇ ਤੁਸੀਂ ਅੰਡਰਸੋ ਕਰਨਾ, ਘਾਹ ਬੀਜਣਾ, ਇਹ ਤੁਹਾਡੇ ਏਰੀਏ 'ਤੇ ਡਿਪੈਂਡ ਕਰਦਾ, ਕਿਉਂਕਿ ਪੂਰੇ ਨਿਊਜ਼ੀਲੈਂਡ 'ਚ ਹਰੇਕ ਰੀਜਨ 'ਚ ਡਿਫਰੈਂਟ ਸੋਰਟ ਆਫ ਰੇਨਫਾਲ ਹੁੰਦਾ, ਡਿਫਰੈਂਟ ਤਰ੍ਹਾਂ ਦਾ ਵੈਦਰ ਰਹਿੰਦਾ, ਕਿਸੇ ਕਿਤੇ ਮੀਂਹ ਘੱਟ ਪੈਂਦੇ ਆ, ਕਿਤੇ ਵੱਧ ਪੈਂਦੇ ਆ, ਕਿਤੇ ਪੈਂਦੇ ਨਹੀਂ। ਸੋ ਇਹ ਸੀਡ ਸਿਲੈਕਸ਼ਨ ਤੁਸੀਂ ਅਕੋਰਡਿੰਗ ਟੂ ਤੁਹਾਡੇ ਵੈਦਰ, ਇਹ ਤੁਹਾਡਾ ਬੈਸਟ ਬੰਦਾ ਹੋਊਗਾ ਦੱਸਣ ਵਾਲਾ, ਜਿਹੜਾ ਵੀ ਤੁਹਾਡੇ ਏਰੀਆ 'ਚ ਕੋਈ ਜਿਹੜਾ ਸੀਡ ਦਾ ਰਿਪ੍ਰਜੈਂਟੇਟਿਵ ਹੈਗਾ, ਚਾਹੇ ਉਹ ਤੁਸੀਂ, ਚਾਹੇ ਉਹ ਜਿਵੇਂ ਰਾਈਟਸ ਵਾਲੇ ਸਪੈਸ਼ਲੀ ਵੀ ਵੇਚਦੇ ਆ ਬੀ ਸਾਰਾ ਘਾਵਾਂ ਦਾ, ਜਾਂ ਫਾਰਮ ਸੋਰਸ ਵਾਲੇ ਵੀ ਕਰਨ ਲੱਗ ਗਏ ਹੁਣ, ਆਰਡੀ1 ਵਾਲੇ ਅਤੇ ਫਾਰਮਲੈਂਡ ਵਾਲੇ ਬੀਜਦੇ ਆ, ਜਾਂ ਐਗਰੀ ਸੀਡਸ ਵਾਲੇ ਹੈਗੇ ਆ, ਪੋਇਨੀਅਰ ਵਾਲੇ ਹੈਗੇ ਆ, ਉਹਨਾਂ ਸਾਰਿਆਂ ਦਾ ਇੱਕ ਸਪੈਸ਼ਲ ਇੱਕ ਬੰਦਾ ਹਰੇਕ ਏਰੀਏ 'ਚ ਉਹਨਾਂ ਨੇ ਇੰਪਲੋਏ ਕੀਤਾ ਹੋਇਆ, ਤੁਸੀਂ ਡਾਇਰੈਕਟ ਉਹਨੂੰ ਕੰਟੈਕਟ ਕਰੋ, ਜਾਂ ਸਭ ਤੋਂ ਬੈਸਟ ਹੈਗਾ ਤੁਹਾਡੇ ਆਂਢੀ ਗੁਆਂਢੀ ਜਾਂ ਤੁਹਾਡਾ ਗੋਰਾ ਜਿਹੜਾ ਓਨਰ ਹੈ, ਏਰੀਏ ਦੇ ਅਕੋਰਡਿੰਗ ਤੁਸੀਂ ਆਪਣਾ ਸੀਡ ਸਿਲੈਕਸ਼ਨ ਕਰੋ। ਇਹ ਸਾਡੇ ਬੇਅ ਪਲੈਂਟੀ 'ਚ ਸਭ ਤੋਂ ਬੈਸਟ ਹੈਗਾ ਜੀ ਸ਼ੋਗਨ ਅਤੇ AR-37, ਇਹ ਦੋ
ਘਾਹ ਦੀ ਵੈਰਾਈਟੀਜ਼ ਹੈਗੀਆਂ ਸੋ ਕਿਉਂਕਿ ਮੈਨੂੰ ਬਾਕੀ ਚਿਕ ਚੁਕ ਦੀ ਇੰਨੀ ਵਰਾਇਟੀਜ਼ ਪਤਾ ਨਹੀਂ ਕਿਉਂਕਿ ਆਪਾਂ ਇੰਨੀ ਕਿਤੇ ਬੀਜੀ ਨਹੀਂ ਸਵੀਟਸ ਉਹ ਤਾਂ ਤੁਹਾਨੂੰ ਮਤਲਬ ਜਿਵੇਂ ਆ ਤੁਹਾਡੇ ਬੰਦੇ ਕਿਉਂਕਿ ਸਲਾਹ ਫਰੀ ਹੈ ਕਈ ਬੰਦੇ ਦੀ ਕੀ ਪ੍ਰੋਬਲਮ ਹੁੰਦੀ ਹੈ ਮੈਂ ਕਿਸੇ ਨੂੰ ਕ੍ਰਿਟੀਸਾਈਜ਼ ਨਹੀਂ ਕਰਦਾ ਮਤਲਬ ਕਈ ਨੂੰ ਐਂ ਹੁੰਦਾ ਵੀ ਉਹ ਪੁੱਛਣਾ ਨਹੀਂ ਚਾਹੁੰਦੇ ਕਿਸੇ ਨੂੰ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਵੀ ਜੇ ਮੰਨ ਲਓ ਮੈਂ ਤੁਹਾਨੂੰ ਕੁਛ ਪੁੱਛਾਂ ਤਾਂ ਮੈਨੂੰ ਇਹ ਫੀਲ ਹੋਊਗਾ ਯਾਰ ਵੀ ਉਹ ਸੋਚੂਗਾ ਵੀ ਇਹਨੂੰ ਕੁਛ ਪਤਾ ਹੀ ਨਹੀਂ ਕਦੇ ਵੀ ਇਹ ਚੀਜ਼ ਨਾ ਕਰੋ ਕਿਉਂਕਿ ਜਿੰਨਾ ਚਿਰ ਤੁਸੀਂ ਸਵਾਲ ਨਾ ਨਹੀਂ ਪੁੱਛੋਗੇ ਤੁਹਾਡਾ ਨੌਲੇਜ ਨਹੀਂ ਗਰੋ ਕਰੂਗਾ ਮਤਲਬ ਇੱਕ ਈਗੋ ਜੀ ਬੰਦਾ ਕਹੇ ਜਾਂ ਬੰਦੇ 'ਚ ਈਗੋ ਹੁੰਦੀ ਹੈ ਕਿ ਯਾਰ ਮੈਂ ਕਿਉਂ ਪੁੱਛਾਂ ਮੈਨੂੰ ਮਤਲਬ ਕਿ ਮੈਂ ਤਾਂ ਆਲਰੇਡੀ ਬਾਹਲਾ ਪਤਾ ਸਾਰੀ ਉਮਰ ਸਿੱਖਦੇ ਰਹੋ ਕਿਉਂਕਿ ਇਹੀ ਨੀਵਾਂ ਰਹਿ ਕੇ ਥੋੜ੍ਹਾ ਜਿਹਾ ਮਤਲਬ ਈਗੋ ਨਹੀਂ ਕਰਨੀ ਆਪਾਂ ਕਦੇ ਵੀ ਓਵਰ ਕੌਨਫੀਡੈਂਸ ਨਹੀਂ ਜਾਣਾ ਸੋ ਹਮੇਸ਼ਾ ਸਲਾਹ ਲਓ ਜੇ ਤੁਸੀਂ ਕਦੇ ਵੀ ਕਿਸੇ ਚੀਜ਼ ਕਨਫਿਊਜ਼ ਹੋ ਇਹ ਨਾ ਸੋਚੂਗਾ ਅਗਲਾ ਕੀ ਸੋਚੂਗਾ ਵੀ ਇਹਨੂੰ ਇੰਨਾ ਹੀ ਨਹੀਂ ਪਤਾ ਦਿਲ ਖੋਲ੍ਹ ਕੇ ਸਵਾਲ ਪੁੱਛੋ ਕਿਉਂਕਿ ਸਵਾਲ ਪੁੱਛੋਗੇ ਤਾਂ ਸਿੱਖੋਗੇ ਹੁਣ ਟਾਈਮਿੰਗ ਕੀ ਹੈ ਟਾਈਮਿੰਗ ਵੀ ਤੁਹਾਨੂੰ ਮਤਲਬ ਉਹ ਰਿਪ੍ਰਜੈਂਟੇਟਿਵ ਦੱਸੂਗਾ ਵਧੀਆ ਉਹੀ ਗੱਲ ਵੈਦਰ ਕਿਉਂਕਿ ਨਿਊਜ਼ੀਲੈਂਡ ਸਭ ਤੋਂ ਚੈਲੈਂਜਿੰਗ ਚੀਜ਼ ਹੈਗੀ ਹੈ ਵੈਦਰ ਪੂਰੇ ਸੀਜ਼ਨ 'ਚ ਡੇਅਰੀ ਫਾਰਮਿੰਗ ਨੂੰ ਵੈਦਰ ਇਫੈਕਟ ਕਰਦਾ ਵਿੰਟਰ ਸਨੋਅ ਪੈ ਗਈ ਫਰੋਸਟ ਪੈ ਗਈ ਹੁਣ ਜਿਵੇਂ ਹੁਣ ਸਮਰ 'ਚ ਡਰਾਈ ਹੋ ਗਿਆ ਮੀਂਹ ਨਹੀਂ ਪਿਆ ਜਾਂ ਵਿੰਟਰ ਹੁਣ ਤੁਹਾਨੂੰ ਪਤਾ ਵਿੰਟਰ 'ਚ ਮੀਂਹ ਬੜੇ ਪੈਂਦੇ ਆ ਵੈਟਰਾਂ ਦਾ ਸਾਰਾ ਹੀ ਸੋ ਵੈਸੇ ਜਿਵੇਂ ਜਿਹਨੇ ਹੁਣ ਸਮਰ ਕ੍ਰੋਪ ਬੀਜਣੀ ਸੀ ਜਿਵੇਂ ਮੇਜ਼ ਬੀਜਣੀ ਸੀ ਜਾਂ ਚਿਕਰੀ ਬੀਜਣੀ ਸੀ ਤਾਂ ਅੱਜ ਤੋਂ ਆਲਰੇਡੀ ਮਹੀਨਾ ਪਹਿਲਾਂ ਲੋਕ ਬੀਜ ਚੁੱਕੇ ਹੁਣ ਵੀ ਬੀਜ ਰਹੇ ਸਾਡਾ ਗੁਆਂਢੀ ਅੱਜ ਹੀ ਵਾਹੀ ਜਾਂਦਾ ਸੀਗਾ ਸੋ ਆਈ ਥਿੰਕ ਉਹ ਹਰ ਸਾਲ ਮੇਜ਼ ਬੀਜਦੇ ਆ ਸੋ ਇਹ ਕੋਈ ਡਰਨ ਵਾਲੀ ਗੱਲ ਨਹੀਂ ਕਿਉਂਕਿ ਹਰੇਕ ਕ੍ਰੋਪ ਦੀ ਹਰੇਕ ਘਰਾਂ ਦੀਆਂ ਅਰਲੀ ਵਰਾਇਟੀਜ਼ ਵੀ ਹੁੰਦੀਆਂ ਠੀਕ ਹੈ ਜੀ ਜਾਂ ਮਿਡਲ 'ਚ ਵੀ ਰਹਿੰਦੀਆਂ ਅਤੇ ਲੇਟ ਵਰਾਇਟੀਜ਼ ਵੀ ਹੁੰਦੀਆਂ ਸੋ ਉਹ ਤੁਸੀਂ ਚੂਜ਼ ਕਰ ਸਕਦੇ ਹੋ ਕੋਈ ਇਹੋ ਜਿਹੀ ਗੱਲ ਨਹੀਂ ਅਤੇ ਵਿੰਟਰ ਕ੍ਰੋਪਸ ਦਾ ਵੀ ਤੁਹਾਡੇ ਏਰੀਏ ਦੇ ਅਕੋਰਡਿੰਗ ਤੁਸੀਂ ਚੂਜ਼ ਕਰੋ ਤੁਸੀਂ ਕਦੋਂ ਬੀਜਣੀ ਹੈ ਠੀਕ ਹੈ ਜੀ ਸੋ ਇਹ ਪਲਾਨਿੰਗ ਮੰਨ ਲਓ ਹੁਣ ਜੇ ਮੰਨ ਲਓ ਮੈਂ ਮੇਜ਼ ਬੀਜਣੀ ਹੋਣੀ ਸੀ ਤਾਂ ਮੈਂ ਅੱਜ ਤੱਕ ਮਹੀਨਾ ਪਹਿਲਾਂ ਜਾਂ 2 ਮਹੀਨੇ ਪਹਿਲਾਂ ਇਹ ਪਲਾਨਿੰਗ ਕਰਦਾ ਸੀ ਕਰ ਲੈਣੀ ਸੀਗੀ ਕਿ ਮੇਰਾ ਕਿਹੜਾ ਪੈਡਕ ਹੈ ਅਤੇ ਉੱਥੇ ਮੇਰੀ ਫਰਟੀਲਿਟੀ ਮੈਂ ਚੈੱਕ ਕਰਾ ਲਈ ਅਤੇ ਹਾਂਜੀ ਮੈਂ ਡਰਿੱਲ ਕਰਾਉਣਾ ਹੈ ਜਾਂ ਵਾਹੁਣਾ ਹੈ ਜਾਂ ਕੀ ਕਰਨਾ ਕਿਉਂਕਿ ਦੇਖ ਹਰੇਕ ਚੀਜ਼ਾਂ ਵੀਰੇ ਆ ਕੋਸਟ ਹੈ ਜੇ ਤੁਸੀਂ ਆਪ ਨਹੀਂ ਕਰਦੇ ਤਾਂ ਵੀ ਐਟਲੀਸਟ ਟਰੈਕਟਰ ਚੱਲੂਗਾ ਡੀਜ਼ਲ ਬਲੂਗਾ ਬੰਦਾ ਲੱਗੂਗਾ ਨਾਲ ਕੰਮ ਕਰੂਗਾ ਜੇ ਕੰਟਰੈਕਟਰ ਆਉਂਦਾ ਦੈਨ ਉਹਦਾ ਤੁਹਾਨੂੰ ਪੇ ਕਰਨਾ ਪਊਗਾ ਸੋ ਹਮੇਸ਼ਾ ਆਪਣਾ ਫਾਈਨੈਂਸ਼ੀਅਲ ਬਜਟ ਵੀ ਬਣਾਓ ਅਤੇ ਦੂਜੀ ਪ੍ਰੋਬਲਮ ਕੀ ਹੈ ਜ਼ਿਆਦਾ ਫਾਰਮਰ ਕਿਉਂ ਨਹੀਂ ਬੀਜਦੇ ਸਾਡਾ ਗੋਰਾ ਕਿਉਂ ਨਹੀਂ ਲਾਈਕ ਕਰਦਾ ਕਿਉਂਕਿ ਉਹ ਕਹਿੰਦਾ ਵੀ ਜੇ ਤੁਸੀਂ ਕੈਲਕੂਲੇਸ਼ਨ ਕਰੋ ਜੇ ਤੁਸੀਂ ਕ੍ਰੋਪ ਬੀਜਤੀ ਹੁਣ ਕ੍ਰੋਪ ਅੱਜ ਬੀਜੀ ਤਾਂ 3 ਮਹੀਨਿਆਂ ਬਾਅਦ ਜਾਂ 2 ਮਹੀਨਿਆਂ ਬਾਅਦ ਤੁਸੀਂ ਉਹਨੂੰ ਖਵਾਓਗੇ 3 ਜਾਂ 4 ਮਹੀਨੇ ਤੁਹਾਡਾ ਘਾਹ ਗਿਆ ਹੁਣ ਉੱਥੇ ਜੇ ਤੁਸੀਂ 5 ਹੈਕਟੇਅਰ ਬੀਜਿਆ ਤਾਂ ਕਿੰਨੇ ਟਨ ਘਾਹ ਤੁਹਾਡਾ ਵੇਸ ਮਤਲਬ ਰਾਊਂਡ 'ਚੋਂ ਬਾਹਰ ਚਲਿਆ ਗਿਆ ਕਿਉਂਕਿ ਕ੍ਰੋਪ ਤਾਂ ਆਪ ਐਟਲੀਸਟ 2 ਮਹੀਨੇ 2.5 ਮਹੀਨੇ ਲਊਗੀ ਇਸਟੈਬਲਿਸ਼ ਕਰੂਗੀ ਆਪਣੇ ਆਪ ਨੂੰ ਵੱਡੀ ਹੋਊਗੀ ਮੇਜ਼ ਤਾਂ ਹੁਣ ਕੱਢਾ ਹੋਊਗਾ ਫਿਰ ਉਹਨੂੰ ਵੱਢਾਂਗੇ ਸਾਇਲੇਜ ਬਣਾਵਾਂਗੇ ਜਾਂ ਖਵਾਵਾਂਗੇ ਜਿਵੇਂ ਵੀ ਕਰਾਂਗੇ ਉਹ ਕੈਲਕੂਲੇਸ਼ਨ ਕਰਦਾ ਵੀ ਕਿੰਨਾ ਡਰਾਈਮੀਟਰ ਲੋਸਟ ਹੋ ਗਿਆ ਜੇ ਘਾਹ ਹੁੰਦਾ ਉਹਦੇ ਵਿੱਚ ਠੀਕ ਹੈ ਜੀ ਤਾਂ ਦੈਨ ਕ੍ਰੋਪ 'ਚੋਂ ਆਪਾਂ ਨੂੰ ਕਿੰਨਾ ਆਇਆ ਫਿਰ ਕ੍ਰੋਪ ਬੀਜਣ ਦੇ ਖਰਚਾ ਕਿੰਨਾ ਆਇਆ ਜਿਹੜਾ ਘਾਹ ਵੇਸ ਗਿਆ ਰੋਟੇਸ਼ਨ 'ਚੋਂ ਉਹਦਾ ਕਿੰਨਾ ਲੋਸਟ ਹੋ ਗਿਆ ਉਹ ਕਹਿੰਦਾ ਵੀ ਜੇ ਤੁਸੀਂ ਸਾਰੀ ਕੈਲਕੂਲੇਸ਼ਨ ਕਰੋ ਸਟਾਰਟਿੰਗ ਤੋਂ ਲੈ ਕੇ ਲਾਸਟ ਤੱਕ ਕਿਉਂਕਿ ਬਾਅਦ 'ਚ ਤੁਹਾਨੂੰ ਕ੍ਰੋਪ ਫੀਡ ਵੀ ਕਰਨੀ ਪਊਗੀ ਫਿਰ ਟਾਈਮ ਲੱਗੂਗਾ ਮਸ਼ੀਨਰੀ ਘਸੂਗੀ ਇੱਕ ਬੰਦਾ ਉੱਥੇ ਇੱਕ ਬੰਦਾ ਉਹਨੂੰ ਚਾਹੀਦਾ ਕਿਉਂਕਿ 2-3 ਘੰਟੇ ਲੱਗਣਗੇ ਉਹ ਕਹਿੰਦਾ ਜੇ ਤੁਸੀਂ ਸਾਰਾ ਕੈਲਕੂਲੇਟ ਕਰੋ ਅਤੇ ਫਿਰ ਜੇ ਤੁਸੀਂ ਕ੍ਰੋਪ ਨਾ ਬੀਜਦੇ ਉਵੇਂ ਕੈਲਕੂਲੇਸ਼ਨ ਕਰਦੇ ਤਾਂ ਉਹ ਕਹਿੰਦਾ ਤੁਹਾਨੂੰ ਚੀਪ ਪਊਗਾ ਨਾ ਬੀਜਦੇ ਤਾਂ ਵੀ ਜੇ ਮੰਨ ਲਓ ਵੀ ਸਾਇਲੇਜ ਬਣਾਉਣਾ ਚਲੋ ਸਾਇਲੇਜ ਬਣਾ ਲਓ ਕਿਉਂਕਿ ਥੋੜ੍ਹਾ ਜਿਹਾ ਕਿਉਂਕਿ ਇਹ 'ਚ ਕੋਸਟ ਘੱਟ ਪੈਂਦੀ ਹੈ ਵੀ ਜੇ ਤੁਸੀਂ ਕਲਟੀਵੇਸ਼ਨ ਕਰੋਗੇ ਹੁਣ ਬੀਜ ਕਿਹੜਾ ਸਸਤੇ ਹੈ ਵੀ ਵੀ ਬਥੇਰੇ ਮਹਿੰਗੇ ਹੈ ਸੋ ਇਸ ਚੀਜ਼ਾਂ ਨਾਲ ਜੇ ਤੁਸੀਂ ਹਿਸਾਬ ਲਾਓਗੇ ਤਾਂ ਬਹੁਤ ਹੱਦ ਤੱਕ ਕਈ ਫਾਰਮਰ ਨਹੀਂ ਬੀਜਦੇ ਸਾਡਾ ਕੋਲ ਤਾਂ ਕ੍ਰੋਪ ਨੂੰ ਲਾਈਕ ਹੀ ਨਹੀਂ ਕਰਦਾ ਕਹਿੰਦਾ ਮੈਂ ਤਾਂ ਵੜ ਨਹੀਂ ਦਿੰਦਾ ਫਾਰਮ 'ਤੇ ਸੋ ਵੀ ਜੇ ਹਾਂ ਵੀ ਜੇ ਤੁਹਾਨੂੰ ਲੱਗਦਾ ਵੀ ਤੁਹਾਡਾ ਕਿਉਂਕਿ ਦੇਖ ਹੁਣ ਜਿਵੇਂ ਮੈਂ ਦੱਸਿਆ ਵੀ ਸਾਡੇ ਪਰ ਹੈਕਟੇਅਰ 18-19 ਟਨ ਡਰਾਈਮੀਟਰ ਪਰ ਹੈਕਟੇਅਰ ਪ੍ਰੋਡਿਊਸ ਕਰਦਾ ਹੁਣ ਹੋ ਸਕਦਾ ਤੁਹਾਡੀ ਰੀਚ ਘੱਟ ਹੋਵੇ ਜਾਂ ਤੁਹਾਡੇ 'ਚ ਇੱਦੂ ਜ਼ਿਆਦਾ ਹੋਵੇ ਇਸ ਕਰਕੇ ਤੁਸੀਂ ਵੀ ਜੇ ਤੁਹਾਨੂੰ ਲੱਗਦਾ ਵੀ ਹਾਂ ਹਰ ਸਾਲ ਅਸੀਂ ਤਾਂ 12-15 ਟਨ ਹੀ ਰਹਿ ਜਾਂਦੇ ਹਾਂ ਸਟੋਕਿੰਗ ਰੇਟ ਤੁਹਾਡਾ ਹਾਈ ਹੈ ਤੁਹਾਨੂੰ ਲੋੜ ਪੈਣੀ ਹੀ ਪੈਣੀ ਹੈ ਕ੍ਰੋਪ ਦੀ ਦੈਨ ਓਬੀਅਸ ਹਰ ਸਾਲ ਤੁਹਾਨੂੰ ਬੀਜਣੀ ਚਾਹੀਦੀ ਹੈ ਬਾਕੀ ਦੂਜਾ ਕਾਰਨ ਇਹ ਵੀ ਹੈ ਵੀ ਜੇ ਤੁਸੀਂ ਕ੍ਰੋਪ ਬੀਜਣੀ ਹੈ ਓਬੀਅਸ ਤੁਹਾਨੂੰ ਵਾਹ ਕੇ ਬੀਜਣੀ ਪੈਣੀ ਹੈ ਮੇਜ਼ ਹੈ ਚਾਹੇ ਸਵੀਟ ਹੈ ਜੋ ਮਰਜ਼ੀ ਹੈ ਅਤੇ ਤੁਸੀਂ ਕਦੇ ਵੀ ਨੋਟ ਕਰਿਓ ਜੇ ਤੁਹਾਡਾ ਸਪੈਸ਼ਲੀ ਤੁਹਾਡਾ ਸੋਮਪੀ ਫਾਰਮ ਹੈ ਨਾ
ਜਿਵੇਂ ਜਿਵੇਂ ਆਪਾਂ ਵਾਹੁੰਦੇ ਹਾਂ ਨਾ, ਜ਼ਮੀਨ ਨੀਵੀਂ ਹੁੰਦੀ ਜਾਂਦੀ ਹਰ ਸਾਲ ਥੋੜ੍ਹੀ ਥੋੜ੍ਹੀ, ਮਤਲਬ ਬਹੁਤ 1 ਸੈਂਟੀਮੀਟਰ 2 ਸੈਂਟੀਮੀਟਰ ਉਹਨੇ ਨੀਵਾਂ ਹੋ ਜਾਣਾ ਕੰਟੀਨਿਊ ਉਹਦਾ। ਅਤੇ ਜੇ ਤੁਹਾਡਾ ਸੋਂਪੀ ਫਾਰਮ ਹੈ ਤਾਂ ਉਹਦੇ ਲਈ ਇਹ ਕਦੇ ਨਹੀਂ ਕਰਨਾ ਚਾਹੀਦਾ, ਉੱਥੇ ਨਹੀਂ ਬੀਜਣੀ ਚਾਹੀਦੀ, ਕਿਉਂਕਿ ਉਹ ਅੱਗੇ ਹੀ ਲੋਅ ਲੈਂਡ ਹੈ, ਅਤੇ ਜੇ ਵਾਹ ਕੇ ਬੀਜੋਗੇ ਤਾਂ ਹੋਰ ਲੋਅ ਹੋ ਜਾਣੀ ਹੈ। ਸੋ ਇਹ ਚੀਜ਼ਾਂ ਹੋ ਗਈਆਂ ਜੀ। ਤੁਸੀਂ ਰਿਜ਼ਰਵੇਸ਼ ਪ੍ਰੀਵੈਂਸ਼ਨਸ ਕੀ ਕਰੀਏ, ਮੇਕ ਸ਼ੋਰ ਕਿ ਤੁਹਾਡਾ ਸੀਡ ਟ੍ਰੀਟਡ ਹੈ, ਜਿਹੜਾ ਵੀ ਬਾਏ ਕਰ ਰਹੇ ਹੋ ਕਿਸੇ ਵੀ ਪੈਸਟੀਸਾਈਡ ਨਾਲ ਜਾਂ ਵੀਡੀਸਾਈਡ ਨਾਲ, ਹਰਬੀਸਾਈਡ ਨਾਲ, ਇਨਸੈਕਟੀਸਾਈਡ ਨਾਲ, ਜਿਹਦੇ ਨਾਲ ਵੀ, ਸੋਰੀ ਸਪੈਸ਼ਲੀ ਇਨਸੈਕਟੀਸਾਈਡ ਨਾਲ, ਕਿਉਂਕਿ ਕਾਰਨ ਕੀ ਹੈ, ਜਿਵੇਂ ਬੀਟਲਸ ਹੈਗੇ, ਜਿਵੇਂ ਬਲੈਕ ਬੀਟਲ ਹੈਗਾ ਇੱਕ ਹੈਗੇ ਆ, ਸਲੱਗਸ ਹੁੰਦੇ ਆ, ਸਨੇਲਸ ਹੁੰਦੇ ਆ, ਉਹ ਉੱਗਦੀ ਕਰੋਪ ਨੂੰ ਖਾ ਜਾਂਦੇ ਨਿਕਲ ਕੇ, ਠੀਕ ਹੈ ਜੀ। ਜਾਂ ਕਿਉਂਕਿ ਸਾਡੇ ਨਾਲ ਇੱਕ ਵਾਰੀ ਹੋਇਆ ਸੀ, ਅਸੀਂ ਬਲੈਕ ਬੀਟਲ ਸਾਡਾ, ਮਤਲਬ ਅਸੀਂ ਚੈੱਕ ਨਵਾਂ ਘਾਹ ਬੀਜਿਆ ਸੀ, ਅੱਜ ਚੈੱਕ ਕੀਤਾ, ਮਤਲਬ ਇੰਨਾ ਨਾ ਉਹ ਉੱਗ ਆਇਆ ਸੀਗਾ, ਜਦੋਂ ਅਗਲੇ ਦਿਨ ਗਏ, ਰੀਅਲੀ ਦੱਸ ਰਿਹਾ, 3 ਹੈਕਟੇਅਰ ਦਾ ਪੈਡਕ ਸੀਗਾ, ਅਤੇ ਇੱਕ ਵੀ ਉਹ ਸਟੋਕ ਨਵਾਂ ਉੱਗਿਆ ਘਾਹ ਦੇਖ ਨਹੀਂ ਸੀ ਰਿਹਾ। ਅਸੀਂ ਮਤਲਬ ਕਮਾਲ ਹੋ ਗਈ ਵੀ ਕੀ ਗੱਲ ਹੋ ਗਈ। ਜਦੋਂ ਅਸੀਂ ਉਹ ਬੰਦਾ ਸਪੈਸ਼ਲਿਸਟ ਬੁਲਾਇਆ, ਦੈਨ ਫਿਰ ਅਸੀਂ ਲੱਭਿਆ ਬਲੈਕ ਬੀਟਲਸ ਲੁਕੇ ਹੋਏ, ਮਤਲਬ ਨਾਲ ਹੀ ਜਿਵੇਂ ਲੰਮਾ ਜਿਹਾ ਘਾਹ ਸੀ ਉਹ ਖਾ ਕੇ ਜਿਹਨੇ ਲੁਕ ਜਾਂਦੇ ਸੀ ਜਾ ਕੇ, ਉਹ ਜਦ ਦੇਖਿਆ ਤਾਂ ਮਤਲਬ ਐਂ ਆਰਮੀ ਸੀਗੀ ਬਲੈਕ ਬੀਟਲ ਦੀ। ਬਲੈਕ ਬੀਟਲ ਹੁੰਦਾ ਜਿਵੇਂ ਛੋਟਾ ਜਿਹਾ ਕੀੜਾ ਹੁੰਦਾ ਸਾਰਾ। ਅਤੇ ਹੁਣ ਇਹ ਚੀਜ਼ਾਂ ਤੋਂ ਵੀ ਧਿਆਨ ਰੱਖਣਾ ਪੈਂਦਾ ਜ਼ਰੂਰ, ਨਿਗਾਹ ਮਾਰੋ ਜਾ ਕੇ ਵੀ ਜੇ ਤੁਹਾਨੂੰ ਬਲੈਕ ਬੀਟਲ ਲੱਗਦਾ ਜਾਂ ਸਨੇਲ ਜਾਂ ਸਲੱਗਸ ਹੈਗੇ ਆ, ਤਾਂ ਸਲੱਗ ਜਾਂ ਸਨੇਲ ਵਾਸਤੇ ਉਹ ਨਿੱਕੇ ਨਿੱਕੇ ਬੇਟ ਜਿਵੇਂ ਭੁਜੀਆ ਨਹੀਂ ਹੁੰਦੇ ਇੰਡੀਆ, ਆਪਾਂ ਇੱਥੇ ਵੀ ਮਿਲਦਾ ਹੀ ਹੈ, ਭੁਜੀਏ ਵਾਂਗੂ, ਜਿਵੇਂ ਸੇਵੀਆਂ ਵਾਂਗੂ ਨਿੱਕੇ ਨਿੱਕੇ ਟੁਕੜੇ ਹੁੰਦੇ ਆ, ਉਸ ਬੇਟਸ ਜਿਵੇਂ ਆਪਾਂ ਚੂਹਿਆਂ ਦੀ ਬੇਟਸ ਰੱਖਦੇ ਹਾਂ, ਉਵੇਂ ਇਹ ਸਲੱਗ ਦੀ ਸਨੇਲ ਦੀ ਬੇਟਸ ਆਉਂਦੀਆਂ, ਉਹ ਵੀ ਛਿੜਕ ਦਿੰਦੇ ਆ ਪੈਡਕ 'ਚ, ਤਾਂ ਕਿ ਉਹ ਉਹਨਾਂ ਨੂੰ ਖਾ ਕੇ ਮਰ ਜਾਂਦੇ ਆ, ਘਾਹ ਨੂੰ ਡੈਮੇਜ ਨਹੀਂ ਕਰਦੇ ਕਰੋਪ ਨੂੰ। ਸੋ ਜਾਂ ਇਹ ਜ਼ਰੂਰ ਟ੍ਰੀਟਡ ਹੋਣਾ ਚਾਹੀਦਾ, ਉੱਗਣ ਤੋਂ ਬਾਅਦ ਵੀ ਮੇਕ ਸ਼ੋਰ ਗੇੜਾ ਮਾਰਦੇ ਰਹੋ, ਉਹਦੇ 'ਚ ਕੋਈ ਪ੍ਰੋਬਲਮ ਤਾਂ ਨਹੀਂ, ਕੋਈ ਡਿਜ਼ੀਜ਼ ਤਾਂ ਨਹੀਂ, ਕੋਈ ਕੀੜਾ ਤਾਂ ਨਹੀਂ ਲੱਗਦਾ। ਸੋ ਜਾਂ ਇਹ ਚੀਜ਼ਾਂ ਸੀਗੀਆਂ ਪ੍ਰੀਟੀ ਮੱਚ। ਅਤੇ ਜਾਂ ਹਮੇਸ਼ਾ ਮਾੜਾ ਪੈਡਕ ਸਿਲੈਕਟ ਕਰੋ, ਅਤੇ ਵੈਸੇ ਤਾਂ ਕੋਸ਼ਿਸ਼ ਕਰੋ ਕਿ ਵੀ ਜਿਵੇਂ ਨੇੜੇ ਹੋਣ, ਜਿੱਥੇ ਮਤਲਬ ਤੁਸੀਂ ਸਟੈਕ ਲਾਉਣਾ, ਜਿਹੜੇ ਪੈਡਕ 'ਚ ਜਿੱਥੇ ਤੁਹਾਡਾ ਸਟੈਕ ਲੱਗਦਾ, ਕਿਉਂਕਿ ਜਿੰਨਾ ਕੰਟਰੈਕਟਰ ਨੂੰ ਘੱਟ ਟਰੈਵਲ ਕਰਨਾ ਪਊਗਾ, ਜੇ ਤੁਸੀਂ ਮੰਨ ਲਓ ਹੁਣ ਤੁਹਾਡਾ ਫਾਰਮ ਹੈਗਾ 200 ਹੈਕਟੇਅਰ ਦਾ, ਅਤੇ ਤੁਸੀਂ ਸਟੈਕ ਲਾਉਣਾ ਮੰਨ ਲਓ ਫਾਰਮ ਦੇ ਇੱਧਰ ਇੱਕ ਕੋਰਨਰ 'ਚ, ਅਤੇ ਤੁਸੀਂ ਕਰੋਪ ਬੀਜੀਏ ਦੂਜੇ ਕੋਰਨਰ 'ਚ, ਹਾਲਾਂਕਿ ਜੇ ਆਪਸ਼ਨ ਹੈ ਨਹੀਂ ਤਾਂ ਠੀਕ ਹੈ, ਕੋਈ ਐਡੀ ਗੱਲ ਨਹੀਂ। ਮੈਂ ਤਾਂ ਕਹਿ ਰਿਹਾ ਵੀ ਜੇ ਤੁਹਾਡੇ ਕੋਲ ਆਪਸ਼ਨ ਹੈਗਾ ਕੋਈ ਨੇੜੇ ਪੈਡਕ ਹੈਗੇ ਵਧੀਆ, ਤੁਸੀਂ ਚੂਜ਼ ਕਰ ਲਏ, ਕਿਉਂਕਿ ਉਹਨਾਂ ਟਾਈਮ ਘੱਟ ਲੱਗੂ ਉਹਨਾਂ ਨੂੰ, ਮਤਲਬ ਕੱਟ ਕੇ ਲੈ ਕੇ ਆਉਣਾ, ਟਰੈਵਲ ਕਰਕੇ ਉੱਥੇ ਸਟੈਕ ਲਾਉਣਾ। ਸੋ ਇਹ ਮੇਨ ਚੀਜ਼ਾਂ, ਅਤੇ ਇਹ ਜ਼ਰੂਰੀ ਗੱਲ ਹੈ ਜੀ, ਜ਼ਰੂਰ ਆਪਣਾ ਫਾਈਨੈਂਸ਼ੀਅਲ ਬਜਟ ਜ਼ਰੂਰ ਤਿਆਰ ਕਰੋ, ਕਿ ਮਤਲਬ ਤਾਂ ਗੌਰ ਹੀ ਕਰੂਗਾ, ਕਿਉਂਕਿ ਉਹਦੀ ਕੋਸਟ ਹੈਗੀ ਹੈ, ਕਿ ਐਟਲੀਸਟ ਹਿਸਾਬ ਲਾਓ ਕਿ ਤੁਹਾਨੂੰ ਜੇ ਬੀਜੋਗੇ ਜਾਂ ਨਾ ਬੀਜੋਗੇ ਤਾਂ ਕੀ ਤੁਹਾਡੀ ਕੋਸਟ ਹੈਗੀ, ਜੇ ਕਰਨਾ ਚਾਹੁੰਦੇ ਹੋ। ਪਰ ਜੇ ਤੁਹਾਡੀ ਪੋਲਿਸੀ ਹੈ, ਕਈ ਫਾਰਮਾਂ ਦੀ ਪਰਮਾਨੈਂਟ ਪੋਲਿਸੀ ਹੈ ਕਿ ਉਹਨਾਂ ਨੇ ਕਰੋਪ ਬੀਜਣੀ ਹੈ ਚਾਹੇ ਕੁਛ ਹੀ ਹੋ ਜੇ, ਸੋ ਉਹਦਾ ਚਲੋ ਆਪਾਂ ਕੁਛ ਕਰ ਨਹੀਂ ਸਕਦੇ, ਵਧੀਆ ਗੱਲ ਹੈ ਚਲੋ ਐਟਲੀਸਟ। ਕਿਉਂਕਿ ਫੀਡ ਕੀ ਹੁੰਦਾ, ਸਪਲੀਮੈਂਟ ਕੀ ਹੁੰਦੀ, ਇੱਕ ਇੰਸ਼ੋਰੈਂਸ ਹੈ, ਸਾਇਲਜ ਵੀ ਤੁਹਾਡਾ ਇੰਸ਼ੋਰੈਂਸ ਹੈ, ਜੇ ਕਰੋਪ ਬੀਜੀ ਹੈ ਉਹ ਇੰਸ਼ੋਰੈਂਸ ਹੈ, ਜੇ ਡਰਾਈ ਹੋ ਗਿਆ ਤਾਂ ਤੁਹਾਡੇ ਕੋਲ ਉਹ ਕੁਛ ਖਵਾਉਣ ਨੂੰ ਤਾਂ ਹੈਗਾ ਨਾ, ਤੁਸੀਂ ਆਪਣੀ ਮਿਲਕਿੰਗ ਥੋੜ੍ਹੀ ਲੰਮੀ ਕਰ ਸਕਦੇ ਹੋ। ਸੋ ਇਹ ਚੀਜ਼ਾਂ ਹੈ ਜੀ ਸਾਰੀਆਂ, ਦੈਨ ਠੀਕ ਹੈ, ਜੇ ਜ਼ਰੂਰ ਕੁਛ ਹੋਰ ਪੁੱਛਣਾ ਹੋਵੇ ਤਾਂ ਜ਼ਰੂਰ ਪੁੱਛ ਲਿਆ ਕਰੋ, ਅਤੇ ਬਹੁਤ ਧੰਨਵਾਦ ਤੁਹਾਡਾ ਸਾਰਿਆਂ, ਤੁਸੀਂ ਐਪਰੀਸ਼ੀਏਟ ਕਰਦੇ ਹੋ, ਤੁਸੀਂ ਵੀਡੀਓ ਦੇਖਦੇ ਹੋ, ਅਤੇ ਜੇ ਤੁਸੀਂ ਨਵੇਂ ਹੋ ਚੈਨਲ 'ਤੇ ਤਾਂ ਜ਼ਰੂਰ ਸਬਸਕ੍ਰਾਈਬ ਕਰ ਲਓ, ਅਤੇ ਬੈਲ ਆਈਕਨ ਹੈਗਾ ਉਹ 'ਤੇ ਕਲਿੱਕ ਕਰ ਦਿਓ, ਜਦੋਂ ਵੀ ਨਵੀਂ ਕੋਈ ਵੀਡੀਓ ਅਪਲੋਡ ਹੋਊਗੀ ਤੁਹਾਨੂੰ ਉਹਦਾ ਨੋਟੀਫਿਕੇਸ਼ਨ ਆ ਜੂਗੀ। ਸੋ ਬਾਕੀ ਠੀਕ ਹੈ ਬਾਈ ਜੀ, ਜੇ ਤੁਸੀਂ ਵੈਸੇ ਮੈਨੂੰ ਕਮੈਂਟ ਕਰ ਦਿਓ ਕਿ ਤੁਸੀਂ ਕਿੱਥੇ ਫਾਰਮਿੰਗ ਕਰਦੇ ਹੋ, ਸੋ ਹੋਪਫੁਲੀ ਵੀ ਵਿਲ ਕੀਪ ਇਨ ਟੱਚ, ਅਤੇ ਜੇ ਬਾਕੀ ਮੈਂ ਤੁਹਾਨੂੰ ਕਮੈਂਟ ਵਿੱਚ ਆਪਣਾ ਨੰਬਰ ਛੱਡ ਦੂੰਗਾ, ਸੋ ਆਪਾਂ ਉਮੀਦ ਆਪਾਂ ਗੱਲ ਕਰਾਂਗੇ। ਠੀਕ ਹੈ ਵੀਰ ਜੀ, ਸਾਰਿਆਂ ਧੰਨਵਾਦ, ਸਤਿ ਸ਼੍ਰੀ ਅਕਾਲ।